ਅਸਲਾਮੁਅਲੈਕੁਮ ਖਾਨ ਭਰਾਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅੱਜ ਮੈਂ 15 ਦਿਨ 9 ਦੀ ਕਟਾਈ ਕਰਾਉਣਾ ਪਿਆ। ਇਨ ਸ਼ਾ ਅੱਲਾਹ ਤੁਹਾਨੂੰ ਦੱਸਾਂਗਾ ਇਹਦਾ ਝਾੜ ਕੀ ਆਇਆ ਅਤੇ ਇਹਦਾ ਰੇਟ ਕੀ ਲੱਗਦਾ। ਮੈਂ ਹਮੇਸ਼ਾ ਐਸੇ ਮਸ਼ੀਨ ਦੇ ਨਾਲ ਕਟਾਈ ਕਰਾਉਂਦਾ। ਇਹਦੇ 2 ਫਾਇਦੇ ਹੁੰਦੇ ਨੇ, ਇੱਕ ਤਾਂ ਇਹਦੀ ਪਰਾਲੀ ਵਿਕ ਜਾਂਦੀ ਹੈ, ਦੂਸਰਾ ਬੂਟੇ ਦੇ ਨਾਲ ਦਾਣਾ ਕੋਈ ਨਹੀਂ ਛੱਡਦੀ ਅਤੇ ਝਾੜ ਸਾਨੂੰ ਪੂਰਾ ਮਿਲਦਾ। ਇਹਦੇ ਰੇਟ ਦੀ ਗੱਲ ਕੀਤੀ ਜਾਏ ਤਾਂ 4 ਤੋਂ 5 ਦਿਨ ਪਹਿਲਾਂ, 10 ਤੋਂ 15 ਦਿਨ ਪਹਿਲਾਂ ਦਾ ਰੇਟ ਜਿਹੜਾ ਸੀ ਉਹ ਮਨ ਦਾ ਰੇਟ 5200-5500 ਰੇਟ ਸੀ, ਲੇਕਿਨ ਹੁਣ ਰੇਟ ਕੁਝ ਵਾਪਸ ਆਇਆ। ਦੇਖੋ ਹਾਂਜੀ, ਦਾਣੇ ਮਾਸ਼ਾਅੱਲਾ ਬਹੁਤ ਪਿਆਰੇ ਹੁੰਦੇ ਨੇ, ਫੁੱਲ ਪੱਕੀ ਅਤੇ ਤਿਆਰ ਮੁੰਜੀ ਹੈ, ਕੋਈ ਕਾਲਾ ਧੱਬਾ ਨਹੀਂ, ਚਮਕਦਾਰ ਅਤੇ ਸ਼ਾਇਨ ਵਾਲੇ ਪੱਕੇ ਦਾਣੇ ਨਿਕਲੇ ਨੇ। ਪੱਕ ਜਾਂਦੀ ਹੈ ਉਦੋਂ ਹਰ ਕਿਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਫਸਲ ਦੀ ਕਟਾਈ ਕਰਾ ਲਈ ਜਾਏ, ਤਾਂ ਕਿ ਕੋਈ ਬਾਰਿਸ਼ ਬੁਰਸ਼ ਜਾਂ ਆਂਧੀ ਤੂਫਾਨ ਤੋਂ ਮੁੰਨਾ ਜਿਹੜਾ ਉਹ ਝੜੇ ਨਾ, ਦਾਣਾ ਮਹਿਫੂਜ਼ ਹੋਏ ਅਤੇ ਜਿਹੜੀ ਮੁੰਜੀ ਉਹ ਖੈ ਖਰੀਅਤ ਨਾਲ ਘਰ ਪਹੁੰਚ ਜਾਏ। ਟੋਟਲ 15 ਦਿਨ 9 ਦੀ ਫਸਲ ਹੈ, ਘਰ ਤਾਂ ਰੱਖਣੀ ਕੋਈ ਨਹੀਂ, ਇਹ ਸੇਲ ਹੀ ਕਰਨੀ ਹੈ। ਹਜੇ ਤੱਕ ਜਿਹੜਾ ਦਾ ਰੇਟ ਲੱਗ ਰਿਹਾ ਉਹ 4,041 ਰੁਪਇਆ ਰੇਟ ਲੱਗ ਰਿਹਾ, ਲੇਕਿਨ ਹਜੇ ਆੜ੍ਹਤੀ ਜਿਹੜੇ ਨੇ, ਆੜ੍ਹਤੀ ਹਜ਼ਰਾਤ ਜਾਂ ਡੀ ਬ੍ਰੋਕਰ ਏਜੰਟ ਵਗੈਰਾ ਨੇ ਆ ਤਾਂ ਰਹੇ ਨੇ, ਰੇਟ ਲਗਾ ਰਹੇ ਨੇ, ਲੇਕਿਨ ਇਹ ਕਨਫਰਮ ਰੇਟ ਕੋਈ ਨਹੀਂ ਲੱਗਾ। ਇਨਸ਼ਾਅੱਲਾ ਜੋ ਹੀ ਰੇਟ ਲੱਗੇਗਾ ਮੈਂ ਤੁਹਾਨੂੰ ਰੇਟ ਵੀ ਦੱਸਾਂਗਾ ਅਤੇ ਝਾੜ ਵੀ ਦੱਸਾਂਗਾ। ਇਹ ਇੱਕ ਹੋਰ ਮਸ਼ੀਨ ਮੰਗਵਾਈ ਹੈ, ਪਹਿਲੀ ਜਿਹੜੀ ਸੀ ਉਹਨੂੰ ਨਿਬੇੜਾ ਨਹੀਂ ਹੋ ਰਿਹਾ, ਉਹ ਮਸ਼ੀਨ ਛੋਟੀ ਸੀ, ਇਸ ਲਈ ਇੱਕ ਹੋਰ ਮੰਗਵਾਈ ਹੈ ਜੀ। ਇਹਦੀ ਹੁਣ ਅਨਲੋਡਿੰਗ ਹੋ ਗਈ, ਉਹ ਤੁਹਾਨੂੰ ਦਿਖਾਉਂਦੇ ਹਾਂ ਅਨਲੋਡਿੰਗ ਕਿਵੇਂ ਕਰੀ ਦੀ ਹੈ। ਹੈਲੋ ਜੀ, ਇਹ ਖਲੋਤੀ ਜੀ, ਉਹ ਮਸ਼ੀਨ ਜਿਹੜੀ ਨਵੀਂ ਮੰਗਾਈ ਹਜੇ, ਇਹਦੇ ਜਿਹੜੇ ਪੁਰਦੇ ਨੇ ਉਹ ਪਿੱਛੇ ਹੀ ਛੱਡ ਆਏ ਜੇ ਮਾਲਕ, ਇਹਨੂੰ ਹੁਣ ਕਿਤੇ ਕਿਵੇਂ ਚਲਾਉਣ ਹੈ। ਇਹ ਖਲੋਤੀ ਜੀ ਵੇਖ ਲਓ, ਮੇਰਾ ਵਿਚਾਰ ਕਰੋ ਪਹਿਲਾਂ, ਇਹ ਮਸ਼ੀਨ ਜੀ ਖਰਾਬ ਪਈ ਹੈ, ਨਵੀਂ ਆਈ ਹੈ, ਲੇਕਿਨ ਇਹਦੇ ਕੁਝ ਉਜ਼ਾਰ ਜਿਹੜੇ ਨੇ ਅਜੇ ਠੀਕ ਹੋਣ ਵਾਲੇ, ਇੱਕ ਜਿਹੜੀ ਹੈ ਉਹ ਕੰਮ ਲੱਗੀ। ਪਿੰਨਾਂ ਦੇ ਵਿੱਚ ਪਿੰਨਿਆਂ ਦੀ ਆਵਾਜ਼ ਦਾ ਆਪਣਾ ਹੀ ਸਕੂਨ ਹੈ, ਆਪਣਾ ਹੀ ਮਜ਼ਾ ਹੈ। ਆਹ ਬਗਲੇ ਵੇਖੋ, ਹਾਂ ਜੀ, ਉਂਝ ਤਾਂ ਨਜ਼ਰ ਨਹੀਂ ਆਉਂਦੇ ਜਦੋਂ ਕੋਈ ਫਸਲ ਦੀ ਕਟਾਈ ਹੁੰਦੀ ਹੈ ਜਾਂ ਜ਼ਮੀਨ ਖਾਲੀ ਹੁੰਦੀ ਹੈ, ਉਦੋਂ ਆਹ ਕੀੜੇ ਮਕੌੜੇ ਖਾਣ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ, ਇੰਨਾ ਜਿਹਾ ਬਗਲਾ ਵੇਖੋ, ਹਾਂ ਦਾਵਤ ਆ ਜਿੰਨਾ ਦੀ ਇੱਥੇ। ਫਸਲ ਦੀ ਕਟਾਈ ਕਰ ਗਏ ਅਤੇ ਇਹ ਅਸੀਂ ਇੱਥੇ ਢੇਰ ਲਗਾ ਰਹੇ ਹਾਂ, ਸਾੜੀ ਇਨਸ਼ਾਅੱਲਾ ਫਿਰ ਲਵਾਂਗੇ ਅਤੇ ਫਿਰ ਵੇਖਾਂਗੇ ਕਿੰਨਾ ਝਾੜ ਨਿਕਲਦਾ ਅਤੇ ਕੀ ਰੇਟ ਲੱਗਦਾ।